ਇਸ ਇਨਸਾਨ ਦੀ ਸਟੋਰੀ ਬਹੁਤ ਘੈਂਟ ਆ ਜਿਹੜੇ ਕਹਿੰਦੇ ਆ ਹਾਏ ਮਰ ਗਏ ਲੁੱਟ ਗਏ ਸਾਡੇ ਪੱਲੇ ਕੱਖ ਨਹੀਂ ਆ ਵੀਡੀਓ ਸਾਰੀ ਸੁਣ ਲਿਓ ਹੋ ਸਕਦਾ ਤੁਸੀਂ ਮੋਟੀਵੇਟ ਹੋ ਜਮੋ ਆ ਇਨਸਾਨ ਪਿਛਲੇ 70 ਸਾਲਾਂ ਤੋਂ ਇੱਕ ਟੈਂਕ ਦੇ ਵਿੱਚ ਬੰਦਾ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਟੈਂਕ ਦੇ ਸਹਾਰੇ ਹੀ ਇਸ ਨੂੰ ਸਾਹ ਮਿਲਦਾ ਆ ਇਸ ਦੇ ਮਸ਼ੀਨੀ ਫੇਫੜੇ ਲੱਗੇ ਹੋਏ ਆ ਅਮਰੀਕਾ ਦਾ ਇਹ ਰਹਿਣ ਵਾਲਾ ਆ ਤੇ ਇਸ ਦੀ ਉਮਰ ਹੈਗੀ ਆ 76 ਸਾਲ ਤੇ ਤਕਰੀਬਨ ਇਹ 6 ਸਾਲ ਦਾ ਸੀ ਜਦੋਂ ਇਸ ਨੂੰ ਮਸ਼ੀਨ ਦੇ ਵਿੱਚ ਪਾ ਦਿੱਤਾ ਗਿਆ ਇਸ ਦਾ ਨਾਮ ਹੈਗਾ ਆ ਪੌਲ ਅਲੈਗਜ਼ੈਂਡਰ ਤੇ 1946 ਦੇ ਵਿੱਚ ਇਸ ਦਾ ਜਨਮ ਹੋਇਆ ਤੇ ਤਕਰੀਬਨ ਇਹ 6 ਸਾਲ ਦਾ ਸੀ ਜਦੋਂ ਇਹ ਆਪਣੇ ਦੋਸਤਾਂ ਦੇ ਨਾਲ ਖੇਡ ਰਿਹਾ ਸੀ ਤੇ ਇਸ ਨੂੰ ਪੋਲੀਓ ਦਾ ਜਿਹੜਾ ਕਿ ਅਟੈਕ ਆ ਗਿਆ ਤੇ ਡਾਕਟਰਾਂ ਵੱਲੋਂ ਜਦੋਂ ਇਸ ਦਾ ਚੈੱਕਅਪ ਕੀਤਾ ਗਿਆ ਤੇ ਇਸ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਸੀ ਤੇ ਇਸ ਨੂੰ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਸੀ ਤੇ ਉਸ ਟਾਈਮ ਡਾਕਟਰਾਂ ਕੋਲ ਇੱਕੋ ਇੱਕ ਇਲਾਜ ਸੀਗਾ ਕਿ ਇਸ ਨੂੰ ਮਸ਼ੀਨ ਦੇ ਵਿੱਚ ਪਾ ਦਿੱਤਾ ਜਾਵੇ ਤੇ ਮਸ਼ੀਨ ਦੀ ਮਦਦ ਦੇ ਨਾਲ ਹੀ ਇਸ ਨੂੰ ਜਿਹੜਾ ਕਿ ਸਾਹ ਦਿੱਤਾ ਜਾ ਸਕੇ ਤੇ ਉਦੋਂ ਤੋਂ ਹੀ ਪੌਲ ਇਸ ਮਸ਼ੀਨ ਦੇ ਵਿੱਚ ਜਿਹੜਾ ਕਿ ਕੈਦਾ ਆਪਾਂ ਕਹਿ ਸਕਦੇ ਹਾਂ ਤੇ 6 ਸਾਲ ਤੋਂ ਜਿਹੜਾ ਕਿ ਪੌਲ ਨੇ ਆਪਣੀ ਜਿਹੜੀ ਪੜ੍ਹਾਈ ਆ ਉਹ ਸਾਰੀ ਇਸ ਮਸ਼ੀਨ ਦੇ ਵਿੱਚ ਲੇਟ ਕੇ ਹੀ ਕੀਤੀ ਆ ਚਾਹੇ ਸਕੂਲ ਦੀ ਪੜ੍ਹਾਈ ਹੋਵੇ ਚਾਹੇ ਯੂਨੀਵਰਸਿਟੀ ਦੀ ਹੋਵੇ ਇਥੋਂ ਪੜ੍ਹਾਈ ਕਰਨ ਤੋਂ ਬਾਅਦ ਹੀ ਜਿਹੜਾ ਕਿ ਪੌਲ ਕੋਲੇ ਇੱਕ ਵਕੀਲ ਦੀ ਡਿਗਰੀ ਆ ਯਾਨੀ ਕਿ ਇੱਕ ਇਨਸਾਨ ਮਸ਼ੀਨ ਦੇ ਵਿੱਚ ਪਿਆ ਪਿਆ ਹੀ ਵਕੀਲ ਤੱਕ ਦੀ ਪੜ੍ਹਾਈ ਜਿਹੜੀ ਕਿ ਕਰ ਗਿਆ ਤੇ ਉਸਨੇ ਆਪਣੇ ਦਿਮਾਗ ਤੇ ਲੋਡ ਨਹੀਂ ਪਾਇਆ ਕਿ ਮੈਂ ਮਸ਼ੀਨ ਦੇ ਵਿੱਚ ਪਿਆ ਆ ਮੈਂ ਚੱਲ ਫਿਰ ਨਹੀਂ ਸਕਦਾ ਇਸਨੇ ਇੱਕ ਕਿਤਾਬ ਵੀ ਲਿਖੀ ਆ ਤੇ ਉਹ ਕਿਤਾਬ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਕਹਿੰਦੇ ਇੱਕ ਰਿਕਾਰਡ ਟੁੱਟਿਆ ਸੀਗਾ ਜਦੋਂ ਉਹ ਕਿਤਾਬ ਛਪੀ ਸੀ ਤੇ ਲੋਕਾਂ ਨੇ ਇੰਨੀ ਜ਼ਿਆਦਾ ਤਦਾਰ ਦੇ ਵਿੱਚ ਖਰੀਦੀ ਸੀ ਤੇ ਪੌਲ ਨੂੰ 8 ਸਾਲ ਲੱਗੇ ਸੀ ਉਸ ਕਿਤਾਬ ਨੂੰ ਲਿਖਣ ਵਾਸਤੇ ਤੇ ਲਿਖੀ ਇਸਨੇ ਕਹਿੰਝ ਸੀ ਕਿ ਇੱਕ ਪਲਾਸਟਿਕ ਦੀ ਆਪਾਂ ਕਹਿ ਸਕਦੇ ਹਾਂ ਡੰਡੀ ਸੀਗੀ ਉਸ ਨੂੰ ਮੂੰਹ ਦੇ ਵਿੱਚ ਪਾ ਕੇ ਉਸ ਦੇ ਮੂਹਰੇ ਇੱਕ ਰਬੜ ਦੇ ਨਾਲ ਪੈਨ ਬੰਨਿਆ ਹੋਇਆ ਸੀਗਾ ਤੇ ਉਹ ਇਸਨੇ ਕੀਬੋਰਡ ਦੇ ਉੱਪਰ ਯਾਨੀ ਕਿ ਕੰਪਿਊਟਰ ਦੇ ਉੱਪਰ ਮਾਰਦਾ ਸੀਗਾ ਤੇ 8 ਸਾਲਾਂ ਦੇ ਵਿੱਚ ਆਪਣੇ ਇਸਨੇ ਜਜ਼ਬਾਤ ਜਿਹੜੇ ਕਿ ਲਿਖੇ ਸੀਗੇ ਤੇ ਪੌਲ ਜੋ ਕੁਛ ਵੀ ਖਾਂਦਾ ਆ ਉਹ ਸਾਰਾ ਉਹ ਮਸ਼ੀਨ ਦੇ ਵਿੱਚ ਹੀ ਲੇਟਿਆ ਹੀ ਹੁੰਦਾ ਤੇ ਇਸ ਨੂੰ ਇਸ ਦਾ ਘਰ ਦਾ ਕੋਈ ਨਾ ਕੋਈ ਮੈਂਬਰ ਜਾਂ ਜਿਹੜੇ ਇਸ ਦੇ ਕੇਅਰ ਟੇਕਰ ਰੱਖੇ ਹੋਏ ਨੇ ਉਹੋ ਹੀ ਇਸ ਨੂੰ ਖਿਲਾਉਂਦੇ ਨੇ ਤੇ ਪੌਲ ਉਹਨਾਂ ਸਾਰੇ ਇਨਸਾਨਾਂ ਦੇ ਵਿੱਚੋਂ ਇੱਕ ਲਾਸਟ ਇਨਸਾਨ ਬਚਿਆ ਜਿਹੜਾ ਇਸ ਮਸ਼ੀਨ ਦੇ ਵਿੱਚ ਆ ਤੇ ਉਹ ਕਹਿੰਦਾ ਕਿ ਵੀ ਇਹ ਇਹ ਨਾ ਇਹਾਸਾਨ ਨਹੀਂ ਸੀਗਾ ਪਰ ਜ਼ਿੰਦਗੀ ਇੱਕ ਸੰਘਰਸ਼ਾ ਲੜਨਾ ਚਾਹੀਦਾ ਆ ਤੇ ਉਹ ਜ਼ਿੰਦਗੀ ਦੇ ਇਸ ਸੰਘਰਸ਼ ਦੇ ਵਿੱਚ ਲੜ ਕੇ ਹੀ ਇੱਥੋਂ ਤੱਕ ਪਹੁੰਚਿਆ ਹੈ ਕਿ ਉਸਨੇ ਆਪਣੇ ਦਿਮਾਗੀ ਤੌਰ ਤੇ ਮਜ਼ਬੂਤ ਹੋ ਕੇ ਵਕੀਰ ਤੱਕ ਦੀ ਜਿਹੜੀ ਆ ਪੜ੍ਹਾਈ ਆ ਉਹੋ ਕਰ ਲਈ ਗਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਉਹਨਾਂ ਤੱਕ ਪਹੁੰਚਣੀ ਚਾਹੀਦੀ ਏ ਜਿਹੜੇ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਆ ਤੇ ਕੁਝ ਕਰਨ ਦੀ ਉਹਨਾਂ ਦੇ ਵਿੱਚ ਹਿੰਮਤ ਨਹੀਂ ਆਉਂਦੀ ਇੱਕ ਇਨਸਾਨ ਜਿਸ ਦੇ ਕੋਲੇ ਨਾ ਤਾਂ ਹੱਥ ਸੀ ਤੇ ਨਾ ਹੀ ਪੈਰ ਯਾਨੀ ਕਿ ਉਸ ਦਾ ਸਰੀਰ ਹੀ ਹੈ ਨਹੀਂ ਸੀ ਥੱਲੇ ਕੱਲੀ ਉਸ ਦੀ ਗਰਦਨ ਹੀ ਸੀ ਉਸ ਦੇ ਕੋਲੇ ਤੇ ਆਪਣੇ ਮੂੰਹ ਦੇ ਰਾਹੀਂ ਹੀ ਉਸ ਨੇ ਜੋ ਵੀ ਕੀਤਾ ਆ ਕਿਤਾਬਾਂ ਪੜ੍ਹੀਆਂ ਜਾਂ ਕਿਤਾਬਾਂ ਲਿਖੀਆਂ ਵਕੀਲ ਤੱਕ ਦੀ ਪੜ੍ਹਾਈ ਕੀਤੀ ਉਹ ਤੁਹਾਡੇ ਸਾਹਮਣੇ ਆ ਤੇ ਸਲੂਟ ਆ ਪੌਲ ਅਲੈਗਜ਼ੈਂਡਰ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਹਰ ਇੱਕ ਪੰਜਾਬੀ ਦੇ ਫੋਨ ਦੇ ਵਿੱਚ ਪਹੁੰਚ ਜਾਵੇ ਜੇਕਰ ਕੋਈ ਆਪਣੀ ਜ਼ਿੰਦਗੀ ਤੋਂ ਅਦਾਸ ਆ ਤਾਂ ਉਸ ਦੇ ਤੱਕ ਇਹ ਵੀਡੀਓ ਇੱਕ ਮੋਟੀਵੇਸ਼ਨ ਆ ਮੋਟੀਵੇਟ ਉਸ ਨੂੰ ਕਰੇ ਤੇ ਉਸ ਤੱਕ ਇਹ ਵੀਡੀਓ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਜੀ